ਵੱਖ-ਵੱਖ ਹਲਕਿਆਂ ਦੇ ਉਮੀਦਵਾਰ ਜਿੱਤਣ ਤੋਂ ਬਾਅਦ ਆਪਣੀ ਜਿੱਤ ਦੀ ਖੁਸ਼ੀ ਆਪਣੇ ਵਰਕਰਾਂ ਦੇ ਨਾਲ ਮਨਾ ਰਹੇ ਨੇ। ਤੇ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਗੁਰਦਾਸਪੁਰ ਦੀ, ਤਾਂ ਗੁਰਦਾਸਪੁਰ ਤੋਂ ਸੰਨੀ ਦਿਓਲ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤਣ ਤੋਂ ਬਾਅਦ ਸੰਨੀ ਦਿਓਲ ਲੋਕਾਂ ਦੇ ਨਾਲ ਜਿੱਤ ਦੀ ਖੁਸ਼ੀ ਮਨਾਉਂਦੇ ਨਜ਼ਰ ਆਏ। ਜਿਹਾਂ ਭਾਜਪਾ ਵਰਕਰਾਂ ਦੇ ਨਾਲ ਸੰਨੀ ਦਿਓਲ ਨੂੰ ਜਿੱਤ ਦੀ ਖੁਸ਼ੀ ਮਨਾਉਂਦੇ ਵੇਖਿਆ ਜਾ ਸਕਦਾ। ਜਿੱਥੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਸੰਨੀ ਦਿਓਲ ਦੀ ਜਿੱਤ ਤੋਂ ਬਾਅਦ ਖੁਸ਼ੀ ਦਿਖਾਈ ਦੇ ਰਹੀ ਹੈ, ਉੱਥੇ ਹੀ ਕਾਂਗਰਸ ਦੇ ਵਰਕਰ ਨਿਰਾਸ਼ ਜ਼ਰੂਰ ਦਿਖਾਈ ਦੇ ਰਹੇ ਨੇ। ਬੇਸ਼ੱਕ ਸੁਨੀਲ ਜਾਖੜ ਇਹ ਦਾਅਵੇ ਕਰਦੇ ਸਨ ਕਿ ਸੰਨੀ ਦਿਓਲ ਇੱਕ ਕਲਾਕਾਰ ਹੈ ਅਤੇ ਕਲਾਕਾਰ ਨੂੰ ਲੋਕ ਕਲਾਕਾਰ ਤੱਕ ਹੀ ਪਸੰਦ ਕਰਦੇ ਨੇ। ਇੱਕ ਕਲਾਕਾਰ ਸਿਆਸਤ ਵਿੱਚ ਆਵੇ ਇਹ ਲੋਕ ਕਦੇ ਨਹੀਂ ਚਾਹੁਣਗੇ, ਪਰ ਉਹ ਤਾਂ 23 ਮਈ ਦੇ ਨਤੀਜੇ ਨੇ ਦੱਸਣਾ ਸੀ ਅਤੇ ਅੱਜ 23 ਮਈ ਹੈ ਤੇ 23 ਮਈ ਨੂੰ ਜਦੋਂ ਨਤੀਜੇ ਆਏ ਤਾਂ ਸੁਨੀਲ ਜਾਖੜ ਨੂੰ ਪੱਲੇ ਨਿਰਾਸ਼ਾ ਪਈ, ਜਦੋਂ ਕਿ ਸੰਨੀ ਦਿਓਲ ਜਿੱਤ ਦੀ ਖੁਸ਼ੀ ਮਨਾ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।